ਡੇਰਾ ਰਮੇਕ ਚੋਕਲਾਂ ਵਾਲੇ ਸਮਾਗਮ 25-30 ਥਾਵਾਂ ਤੇ ਚੱਲ ਰਹੇ ਹਨ। ਮਹਾਂਪੁਰਖਾਂ ਵੱਲੋਂ ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜੋ ਇਹ ਭਿਆਨਕ ਬਿਮਾਰੀ ਨੂੰ ਹੱਲ ਪਾਉਣ ਵਾਸਤੇ ਮਹਾਂਪੁਰਖਾਂ ਵੱਲੋਂ ਜਗ੍ਹਾ ਜਗ੍ਹਾ ਤੇ ਉਪਰਾਲੇ ਕੀਤੇ ਮਹਾਂਪੁਰਖਾਂ ਨੇ, ਸਾਡੇ ਵੀ ਬਹੁਤ ਵੱਡੇ ਭਾਗ ਨੇ ਮਹਾਂਪੁਰਖਾਂ ਨੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਹੱਟਾ ਮੰਡੀ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਯਾਤਰੀ ਨਿਵਾਸ ਵਿਖੇ ਇਹ ਸਮਾਗਮ ਚੱਲ ਰਹੇ ਹਨ। ਸੋ ਹੁਣ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰੂ ਜੀ ਆਪਣੇ ਸੁੱਖ ਆਸਣਾਂ 'ਤੇ ਬੈਠੇ ਹਨ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਹੁਣ ਰਹਿਣ ਸਭਾਈ ਕੀਰਤਨ ਦਰਬਾਰ ਆਪਾਂ ਸਾਰੇ ਲਾਹਾ ਲਾਹਾਂਗੇ। ਸੋ ਜਿੰਨੀਆਂ ਵੀ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੀਆਂ ਨੇ ਨੇੜੇ ਤੇੜੇ ਦੀਆਂ, ਸਾਰੀਆਂ ਨੂੰ ਬੇਨਤੀ ਹੈ ਕਿ ਭਾਈ ਪੰਡਾਲ ਦੇ ਵਿੱਚ ਆ ਕੇ ਸੱਜ ਕੇ ਆਪਾਂ ਸਾਰਿਆਂ ਨੇ ਕਥਾ ਕੀਰਤਨ ਦਾ ਸਾਰੇ ਜਥਿਆਂ ਪਾਸੋਂ ਆਨੰਦ ਮੰਨਣਾ ਹੈ। ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਲੂਣ ਮੰਡੀ ਵਾਲੇ ਮਹਾਂਪੁਰਖ, ਜੋ ਕਿ ਉਹਨਾਂ ਦਾ ਸਾਰਾ ਹੀ ਜਥਾ 13 ਦਿਨ ਤੋਂ ਹਾਜ਼ਰੀਆਂ ਹਰ ਰੋਜ਼ ਅੰਮ੍ਰਿਤ ਵੇਲੇ ਭਰ ਰਿਹਾ ਹੈ, ਸੋ ਸਾਰੇ ਹੀ ਜਥੇ ਦਾ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਆਓ ਹੁਣ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਦਾ ਜਥਾ ਲੂਣ ਮੰਡੀ ਵਾਲੇ ਮਹਾਂਪੁਰਖਾਂ ਦਾ, ਉਹ ਹੁਣ ਕੀਰਤਨ ਦੀ ਆਰੰਭਤਾ ਕਰਨਗੇ। ਫਿਰ ਸਾਰੇ ਜਥਿਆਂ ਨੂੰ ਆਪਾਂ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਸਾਰਿਆਂ ਨੂੰ ਵਾਰੀ ਵਾਰੀ ਟਾਈਮ ਦਿੱਤਾ ਜਾਵੇਗਾ। ਜਿੰਨੀ ਵੀ ਸੰਗਤ ਆ ਰਹੀ ਸਾਰਿਆਂ ਨੂੰ ਬੇਨਤੀ, ਪ੍ਰਸ਼ਾਦਾ ਪਾਣੀ ਛੱਕ ਕੇ ਪੰਡਾਲਾਂ ਦੇ ਵਿੱਚ ਬੈਠ ਕੇ ਆਨੰਦ ਮਾਣੀਏ। ਆਓ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ, ਉਹਨਾਂ ਜੀ ਵੱਲੋਂ ਬਾਬਾ ਹਰਿ ਹਰ ਕੀਰਤ ਸਿੰਘ ਜੀ ਮਹਾਂਪੁਰਖ ਉਹ ਪਹੁੰਚੇ ਹਨ ਪਹਿਲਾਂ ਸ਼ਬਦ ਦੀ ਹਾਜ਼ਰੀ, ਉਹ ਆਪ ਭਰਨਗੇ। ਫਿਰ ਸਾਰਾ ਜਥਾ ਸਾਰੇ ਹੀ ਜਥੇ ਨੂੰ ਜੀ ਆਇਆਂ ਨੂੰ ਹੋਰ ਵੀ ਬਹੁਤ ਜਥੇ ਪਹੁੰਚ ਰਹੇ ਨੇ, ਆਪਾਂ ਸਾਰਿਆਂ ਨੇ ਕੀਰਤਨੀ ਜਥਿਆਂ ਪਾਸੋਂ ਲਾਹਾ ਲੈਣਾ। ਆਓ ਸਰਵਣ ਕਰੀਏ ਜੀ ਮਹਾਂਪੁਰਖਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਸਾਰੇ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ।
ਚਿਤ ਜਨ ਕੋ ਸਦਾ ਨਮਸਕਾਰ। ਬਿਸਰ ਗਈ ਸਭ ਤਾਤ ਪਰਾਈ, 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 ਬਿਸਰ ਗਈ ਸਭ ਸਾਧ ਸੰਗਤ ਮੋਹਿ ਪਾਈ। ਸਾਧ ਸੰਗਤ ਮੋਹਿ ਪਾਈ, ਬਿਸਰ ਗਈ ਸਭ ਤਾਤ ਸਰ ਸੋਈ ਪਾਲ ਮਾਨੇ ਹੋ ਗੁਰੂ ਕੀ
Oh,
ਸਤਿ ਸ਼੍ਰੀ ਅਕਾਲ।
संत तुम्हारे जिन कर तन हर ना पाए हर संत तुम्हारे Thank you.
Thank you.
Thank you.
Thank you.
ਜਿਨ੍ਹਾਂ ਨੇ ਸੇਵਾ ਨਿਭਾਈ ਹੈ ਆਪ ਮੇਰੇ ਪ੍ਰਿਆਰ ਚਾਹਤੇ
ਸੋ ਆਓ ਜਿਤਨੀਆਂ ਵੀ ਸੰਤਾਂ ਜੋ ਬੈਠੀਆਂ ਹਨ, ਕੋਈ ਵੀ ਰਸਨਾ ਮਾਝੀ ਨਾ ਰਹੇ ਇਹ ਸ਼ਬਦ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਆਓ ਕੋਈ ਵੀ ਰਸਨਾ ਮਾਝੀ ਨਾ ਰਹੇ, ਆਓ ਸਾਰੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਹੋਏ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ।
Vaheguru, 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 Vaheguru,
ਤੋ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਇੱਕ ਵਾਰ ਫਿਰ ਕੋਟਾਨ ਕੋਟਾਨ ਧੰਨਵਾਦ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ, ਨਾਨਕ ਸਾਹਿਬ ਦੇ ਸਾਰੇ ਸੰਗੀਆਂ ਦਾ, ਪ੍ਰੇਮੀਆਂ ਦਾ, ਜਿਨ੍ਹਾਂ ਨੇ ਸਾਡੇ 'ਤੇ ਦਸਤ ਕਰਕੇ ਜੋ ਸਾਨੂੰ ਇਹ ਸੇਵਾ ਲਾਈ ਹੈ, ਅੱਗੋਂ ਤੋਂ ਵੀ ਜਦੋਂ ਸਾਨੂੰ ਸੇਵਾ ਲਾਣਗੇ, ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਝੋਲੀ ਅੱਡ ਕੇ ਪ੍ਰਵਾਨ ਕਰਾਂਗੇ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਸਾਰੇ ਜੱਥੇ ਵੱਲੋਂ, ਸੰਤ ਅਵਤਾਰ ਸਿੰਘ ਜੀ ਦੇ ਸਾਰੇ ਜੱਥੇ ਵੱਲੋਂ ਸੇਵਾ ਲੈਂਦੇ ਰਹਿਣ। ਸੋ ਸਤਿਗੁਰੂ ਜੀ ਦਾ ਕੋਟਾਨ ਕੋਟਾਨ ਧੰਨਵਾਦ। ਇਤਨੀਆਂ ਇਤਨੀਆਂ ਅਰਜ਼ੀਆਂ ਪ੍ਰਵਾਨ ਕਰਨਾ। ਆਓ ਪਿਆਰ ਸਾਹਿਬ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਨਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੰਤ ਅਵਤਾਰ ਸਿੰਘ ਜੀ ਮਹਾਂਪੁਰਖ ਲੋਨ ਮੰਡੀ ਵਾਲਿਆਂ ਦਾ ਸਾਰਾ ਹੀ ਜਥਾ, ਜਿਨ੍ਹਾਂ ਦੇ ਸਾਰੇ ਹੀ ਸਿੰਘਾਂ ਨੇ ਵਾਰੀ ਵਾਰੀ ਹਾਜ਼ਰੀ ਭਰੀ ਹੈ, ਸੁਬੋਧ ਮਹਾਂਪੁਰਖਾਂ ਵੱਲੋਂ, ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਾਲਿਆਂ ਵੱਲੋਂ, ਕੋਟਾਨ ਕੋਟਾਨ ਧੰਨਵਾਦ ਸਾਰੇ ਹੀ ਜਥੇਦਾਰ। ਆਓ ਹੁਣ ਬੜੇ ਹੀ ਸਤਿਕਾਰਯੋਗ ਭਾਈ ਓਮਕਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅੱਧੇ ਕੁ ਘੰਟੇ ਦਾ ਸਮਾਂ ਉਹ ਹਾਜ਼ਰੀ ਭਰਨਗੇ, ਫਿਰ ਸਾਰੇ ਹੀ ਜੱਥੇ ਵਾਰੀ ਵਾਰੀ, ਫਿਰ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਕੁਝ ਹੀ ਸਮੇਂ ਦੇ ਵਿੱਚ ਪਹੁੰਚ ਰਹੇ ਨੇ, ਉਹ ਹਾਜ਼ਰੀ ਭਰਨਗੇ। ਉਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਸਾਰੇ ਹੀ ਜੱਥੇ, ਜਿੰਨਾ ਵੀ ਟਾਈਮ ਦਿੱਤਾ ਜਾਵੇ, ਉਸ ਸੀਮਤ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਆਓ ਬਹੁਤ ਹੀ ਸਤਿਕਾਰਯੋਗ ਭਾਈ ਓਮਕਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਆਪਾਂ ਸਾਰੇ ਹੀ ਕੀਰਤਨ ਸਰਵਣ ਕਰੀਏ। ਜਿੰਨੀ ਵੀ ਸੰਗਤ, ਸਾਰੀ ਹੀ ਸੰਗਤ ਨੂੰ ਬੇਨਤੀ ਹੈ, ਆਉਣ ਵਾਲੀ ਸੰਗਤ ਨੂੰ ਪ੍ਰਸ਼ਾਦਾ ਪਾਣੀ ਬਾਬਾ ਨਾਨਕ ਸਿੰਘ ਯਾਤਰੀ ਨੂੰ ਆਸ ਦੇ ਕੇ ਚੱਲ ਰਿਹਾ ਹੈ, ਪ੍ਰਸ਼ਾਦਾ ਛੱਕ ਕੇ ਸਾਰਿਆਂ ਨੂੰ ਬੇਨਤੀ ਹੈ, ਪੰਡਾਲ ਦੇ ਵਿੱਚ ਆ ਕੇ ਆਪਾਂ ਸਾਰੇ ਹਾਜ਼ਰੀ ਭਰੀਏ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ। ਆਓ ਕੀਰਤਨ ਦੀ ਹਾਜ਼ਰੀ ਭਾਈ ਓਮਕਾਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਦੋਲਨ ਤੇ
गुरपेट पुनीता अंदर
ਸੁਖਰੋਣੇ ਕੀਰਤਨ ਹੋ ਰੈਣ ਸੁਭਾਈ ਰੈਣ ਸੁਭਾ ਆਏ ਸੰਤ ਪ੍ਰਭਾਵੇ ਕੀਰਤਨ ਹੋ ਰੈਣ ਸੁਭਾਈ ਰੈਣ ਸੁਭਾ ਹੋ ਰੈਣ ਸੁਭਾਈ ਰੈਣ ਸੁਭਾਈ
Thank you.
Yeah.
Thank you.
ਕੋਟ ਮਿਆਵੇ ਮੂਲ
ਸੋਚ ਨਿਆ ਸੱਚਿਆ ਨਾਮ ਧਨ ਸਰਬ ਜਨ ਸਿਉ ਸੰਗ ਜੈ 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 ਜੈ
ਮੈਂ ਲੈ ਨੀਤ ਮੈਂ ਆਵੇ ਜੀਓ
ਸਮੇਂ ਦੇ ਵਿੱਚ ਰਹਿ ਕੇ ਸਾਰਿਆਂ ਨੇ ਸਮਾਪਤੀ ਕਰਨੀ, ਬਹੁਤ ਬੇਅੰਤ ਜੱਥੇ ਪਹੁੰਚੇ ਨੇ, ਸਾਰਿਆਂ ਨੇ ਦਸ ਦਸ ਪੰਜ ਪੰਜ ਮਿੰਟ ਦੀ ਹਾਜ਼ਰੀ ਕਰਨੀ ਹੈ, ਸਮੇਂ ਦੇ ਵਿੱਚ ਰਹਿ ਕੇ ਸਾਰਿਆਂ ਨੇ ਹਾਜ਼ਰੀ ਕਰਨੀ ਹੈ। ਆਓ 10 ਮਿੰਟ ਦੀ ਹਾਜ਼ਰੀ ਭਾਈ ਅੰਮ੍ਰਿਤਪਾਲ ਸਿੰਘ ਜੀ ਕਥਾ ਵਾਚਕ, ਜਿੰਨੀਆਂ ਵੀ ਸੰਗਤਾਂ ਨੇ ਪ੍ਰਸ਼ਾਦਾ ਬਾਣੀ ਛਕ ਲਿਆ, ਪੰਡਾਲ ਦੇ ਵਿੱਚ ਆ ਕੇ ਬੈਠ ਕੇ ਆਪਾਂ ਕਥਾ ਕੀਰਤਨ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਸ਼੍ਰੀ ਵਾਹਿਗੁਰੂ ਸਾਹਿਬ।
ਸਿੰਘ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਸੰਤ ਸਰੋਵਰ ਨਾਵੈ ਸੋ ਜਨ ਪਰਮ ਗਤ ਪਾਵੈ ਮਰੈ ਨਾਵੈ ਜਾਈ ਹਰ ਹਰ ਨਾਮ ਧਿਆਈ ਮਰਨ ਆਵੈ ਜਾਈ ਹਰ ਹਰ ਨਾਮ ਧਿਆਈ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੀ ਹਾਂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹਾਂ। 10 ਮਿੰਟ ਦਾ ਸਮਾਂ ਦਾਸ ਨੂੰ ਮਿਲਿਆ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇੱਕੋ ਵਾਰ ਕਹਿਣ ਦੇ ਉੱਤੇ ਸਾਰੇ ਦਿਓ ਆਸ਼ੀਰਵਾਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਜਗਤਾਰ ਸਿੰਘ ਜੀ ਪੰਥ ਨਿਰਵਾਨ ਉਹਨਾਂ ਦੇ ਵੱਡੇ ਸੁਪੁੱਤਰ ਹਾਜ਼ਰੀ ਭਰ ਕੇ ਗਏ ਨੇ। ਕੇਵਲ 2 ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਗੁਰਬਾਣੀ ਦੀਆਂ ਤਿੰਨਾਂ ਦੀ ਸਾਂਝ ਪਾ ਕਰਕੇ ਆਪ ਤੋਂ ਖਿਮਾ ਲੈ ਲੈਣੀ। ਆਪਾਂ ਸ਼ਬਦ ਸਰਵਣ ਕਰ ਰਹੇ ਸਾਂ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਝੂਟਾਂ ਖਾਵੈ। ਸੰਸਾਰ ਦੇ ਅੰਦਰ ਜੇ ਅਸੀਂ ਇਹ ਗੱਲ ਕਰੀਏ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰ ਏ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਕਿਤਨੇ ਜੀ ਹੋਣਗੇ ਕਿਤਨੇ ਜੀ ਹੋਣਗੇ ਕੋਈ ਕਿਸੇ ਰੁਝੇਵੇਂ ਦੇ ਵਿੱਚ ਆ ਕੋਈ ਕਿਸੇ ਰੁਝੇਵੇਂ ਦੇ ਵਿੱਚ ਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਜਾਂ ਇੰਝ ਕਹਿ ਲਈਏ
ਪਵਿੱਤਰ ਗੁਰੂ ਧਾਮਾਂ ਦੇ ਚਰਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰਦੁਆਰਿਆਂ ਦੇ ਅੰਦਰ ਵਿਰਲੇ ਹੋਣਗੇ ਜਿਹੜੀ ਸੇਵਾ ਕਰ ਰਹੇ ਹੋਣਗੇ। ਵੱਡ ਭਾਗੀ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੋਣਗੇ ਉਹ ਆ ਕੇ ਇੱਥੇ ਬੈਠਣਗੇ। ਹਰ ਸੰਗਤ ਪਾਵੇ ਉਸ ਪਰਮੇਸ਼ਰ ਅਕਾਲ ਪੁਰਖ ਹਰੀ ਪਰਮਾਤਮਾ ਸੱਚ ਜਿਹਨੇ ਸਦਾ ਰਹਿਣਾ ਉਹਦੀ ਸੰਗਤ ਉਹ ਕਰੇਗਾ ਜਿਹਦੇ ਵੱਡੇ ਭਾਗ ਹੋਣਗੇ। ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ ਜਿਹਦੇ ਭਾਗ ਚੰਗੇ ਨਹੀਂ ਉਹ ਇੰਜ ਕਹਿ ਲਈਏ ਦਰ ਦਰ ਦੀਆਂ ਠੋਕਰਾਂ ਖਾਂਦਾ ਪਿਆ। ਬਿਨਾਂ ਭਾਗਾਂ ਤੋਂ ਗੁਰੂ ਦੇ ਚਰਨਾਂ ਦੇ ਵਿੱਚ ਆਇਆ ਨਹੀਂ ਜਾਂਦਾ। ਜੇ ਗੁਰੂ ਦੇ ਚਰਨਾਂ ਦੇ ਵਿੱਚ ਆ ਨਹੀਂ ਸਕੇਗਾ ਤੇ ਇੱਕ ਗੱਲ ਪੱਕੀ ਏ ਪੰਜਾਂ ਨੇ ਤੈਨੂੰ ਘੇਰਾ ਪਾਈ ਰੱਖਣਾ, ਪੰਜਾਂ ਦਾ ਘੇਰਾ ਤੈਨੂੰ ਕੋਈ ਤੋੜ ਨਹੀਂ ਸਕਦਾ। ਸੰਤ ਮਹਾਂਪੁਰਖ ਇੱਥੇ ਸਵਾਗਤ ਕਰਾ ਰਹੇ ਨੇ। ਸੰਤ ਲਫ਼ਜ਼ ਬੜਾ ਛੋਟਾ ਜਿਹਾ ਲਫ਼ਜ਼ ਹੈ, ਮਿੰਟ ਚ ਮੂੰਹੋਂ ਨਿਕਲ ਜਾਂਦਾ। ਅਸੀਂ ਮਿੰਟ ਚ ਆਖ ਦਿੰਦੇ ਹਾਂ ਸੰਤ, ਬਣਨ ਲੱਗਿਆਂ ਸਾਰੀ ਉਮਰ ਲੱਗ ਜਾਂਦੀ ਤੇ ਕਈ ਵਾਰੀ ਬੜਿਆ ਨਹੀਂ ਜੀ ਜਾਂਦਾ। ਢਾਈ ਅੱਖਰਾਂ ਦਾ ਇਹ ਸ਼ਬਦ ਹੈ ਸੱਸਾ, ਉੱਤੇ ਟਿੱਪੀ ਜਿਹੜਾ ਅੱਧਾ ਅੱਖਰ ਉਹਨੂੰ ਆਪਾਂ ਨੰਨਾ ਪੜ੍ਹਦੇ ਹਾਂ ਤੇ ਅੱਗੇ ਆ ਤੱਤਾ। ਸੱਸੇ ਤੋਂ ਭਾਵ ਇਹ ਸੱਚ, ਉੱਤੇ ਅੱਧਾ ਸ਼ਬਦ ਜਿਹੜਾ ਪੜ੍ਹਦੇ ਹਾਂ ਉਹ ਆ ਨੰਨਾ ਸੰਤ, ਨੰਨੇ ਤੋਂ ਭਾਵ ਇਹ ਨਿਮਰਤਾ ਤੇ ਤੱਤੇ ਤੋਂ ਭਾਵ ਇਹ ਤਿਆਰ। ਇਨਸਾਨ ਸਾਰੀ ਉਮਰ ਗੁਰੂ ਘਰ ਜਾ ਜਾ ਕੇ ਕਈ ਵਾਰੀ ਭਾਂਡੇ ਧੋਈ ਜਾਂਦਾ ਹੈ ਪਰ ਅੰਦਰ ਦੀ ਮੈਲ ਇਨਸਾਨ ਕਿਸੇ ਨੂੰ ਪੁੱਛ ਲਓ ਵੀ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦੇ ਆ, ਉਹ ਆਖੂ ਮੈਨੂੰ 20 ਸਾਲ ਹੋ ਗਏ ਆ। ਤੇ ਜੇ 20 ਸਾਲਾਂ ਦੇ ਵਿੱਚ ਵੀ ਗੁਰਦੁਆਰੇ ਜਾ ਕਰਕੇ ਗੁਰੂ ਦੇ ਚਰਨਾਂ ਦੀ ਧੂੜ, ਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਸ਼ਬਦ ਨੂੰ ਸੁਣ ਕੇ ਹਿਰਦੇ ਦੇ ਵਿੱਚ ਨਹੀਂ ਵਸਾਇਆ, ਜ਼ਿੰਦਗੀ ਦੇ ਵਿੱਚ ਉਹ ਕਾਇਦਾ ਉਹ ਕਾਨੂੰਨ ਲਾਗੂ ਨਹੀਂ ਕੀਤਾ, ਤੇ ਇਹ ਗੱਲ ਪੱਕੀ ਏ ਬੰਦਿਆ ਸਾਰੀ ਉਮਰ ਭਾਵੇਂ ਗੁਰੂ ਦੇ ਚਰਨਾਂ 'ਚ ਜਾ ਪਰ ਕੇਵਲ ਯੂ ਟਰਨ ਮਾਰ ਕੇ ਤੇਰਾ ਘਰ ਮੁੜ ਜਾਣਾ ਹੋਵੇਗਾ ਜੇ ਸੁਣਿਆ ਨਹੀਂ। ਹੁਣੇ ਜਦੋਂ ਬਾਰਿਸ਼ ਆਉਣ ਲੱਗੀ ਤੇ ਮੈਨੂੰ ਪੰਗਤੀ ਚੇਤਾ ਆ ਗਈ, ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ, ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹ। ਬਾਬਾ ਫਰੀਦ ਸਾਹਿਬ ਆਖਦੇ ਨੇ ਫਰੀਦਾ ਗਲੀਏ ਚਿੱਕੜ ਵੀ ਜਿਹੜੀ ਬਾਰਿਸ਼ ਕੁਦਰਤ ਦੇ ਕਾਰਨ ਕਰਕੇ ਹੋ ਗਈ ਨਾ ਉਹਦੇ ਕਰਕੇ ਗਲੀਆਂ ਦੇ ਵਿੱਚ ਮੱਠਾ ਮੱਠਾ ਚਿੱਕੜ ਹੋ ਗਿਆ। ਦੂਰ ਘਰ ਮੇਰੇ ਸੱਜਣ ਮੇਰੇ ਸਾਧੂ ਪਰਮਾਤਮਾ ਦਾ ਦਰ ਘਰ ਦੂਰ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਪਰ ਮੇਰਾ ਸਤਿਗੁਰ ਦੇ ਨਾਲ ਪਿਆਰ। ਤੇ ਕਈਆਂ ਨੇ ਇਹ ਸਾਰਿਆਂ ਦਾ ਪਿਆਰ ਥੋੜ੍ਹੀ ਹੈ ਜੇ, ਕਈਆਂ ਨੇ ਤੇ 4 ਸ਼ਿੱਟਾਂ ਪੈ ਜਾਣ ਤੇ ਉਹਨਾਂ ਨੇ ਨਾਲ ਹੀ ਆਖਣਾ ਵੀ ਕੱਲ੍ਹ ਚੱਲ ਜਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਹੀ ਆ ਲੰਗਰ ਪਤਾ ਕਰ ਲਓ, ਜੇ ਚੰਗਾ ਲੱਗਾ ਤੇ ਹੋਰ ਨਹੀਂ ਛਕ ਆਵਾਂਗੇ, ਨਹੀਂ ਤੇ ਕੋਈ ਗੱਲ ਨਹੀਂ।
ਤੇ ਜੇ ਪਿਕਨਿਕ ਤੇ ਜਾਣਾ ਹੋਵੇ ਤੇ ਫਿਰ ਸਾਨੂੰ ਸਾਰਾ ਪਰਿਵਾਰ ਦੇ ਵੱਖੋ ਵੱਖਰੇ ਕਮੈਂਟ ਆਉਣਗੇ, ਨਹੀਂ ਕਿ ਮੌਸਮ ਵਧੀਆ, ਗੱਡੀ ਚ ਏਸੀ ਲਾਉਣ ਦੀ ਲੋੜ ਨਹੀਂ ਪੈਣੀ। ਬੱਚੇ ਵੀ ਗਰਮੀ ਮਹਿਸੂਸ ਨਹੀਂ ਕਰਦੇ, ਨਿੱਕੇ ਨੂੰ ਤੇ ਵੈਸੇ ਰੇਨ ਬਹੁਤ ਚੰਗਾ ਲੱਗਦਾ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਜੇ ਮੈਂ ਜਾਣਾ ਹੈ ਤੇ ਮੇਰੀ ਕੰਬਲੀ ਭੇਜਦੀ, ਭਾਵ ਮੇਰੇ ਬਸਤਰ ਭੇਜਦੇ ਆ। ਰਹਾਂ ਤਾਂ ਟੁੱਟੇ ਨੇ ਹੋ, ਜੇ ਮੈਂ ਰਹਿ ਜਾਣਾ ਤੇ ਮੇਰੇ ਪਰਮਾਤਮਾ ਦੇ ਨਾਲ ਜਿਹੜਾ ਮੇਰਾ ਪਿਆਰ ਆ ਉਹਦੇ ਚ ਗੰਢ ਪੈ ਜਾਂਦੀ ਹੈ, ਮੈਂ ਰਹਿਣਾ ਨਹੀਂ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੇ ਨੇ ਹੋ। ਆਖਦੇ ਨੇ ਭਿੱਜੋ ਸਿੱਜੋ ਕੰਬਲੀ, ਭਾਵੇਂ ਇਹ ਬਾਰਿਸ਼ ਮੇਰੀ ਕੰਬਲੀ ਭੇਦੇ, ਭਾਵੇਂ ਮੈਨੂੰ ਚਿੱਕੜ ਵੀ ਤੰਗ ਕਰੇ ਸਰੀਰਕ ਤੌਰ ਤੇ, ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੇਂ ਹੋ, ਭਾਵੇਂ ਮੀਂਹ ਵਹਿੰਦਾ ਰਹੇ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੇਂ ਹੋ, ਜਾਏ ਮਿਲਾਂ ਤੇਨਾ ਸੱਜਣਾ, ਮੈਂ ਜਾਣੋ ਨਹੀਂ ਹਟਣਾ, ਮੈਂ ਜਾ ਕੇ ਗੁਰੂ ਦੇ ਚਰਨਾਂ ਚ ਨਮਸਕਾਰ ਕਰਨੀ ਕਰਨਾ। ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੇਂ ਹੋ, ਜਾਏ ਮਿਲਾਂ ਤੇਨਾ ਸੱਜਣਾ, ਟੁੱਟੋ ਨਾਹੀਂ ਨੇਹੋ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾਂ। ਗੱਲ ਉੱਥੇ ਹੀ ਆ ਜਾਂਦੀ, ਜੇ ਭਾਗਾਂ ਚ ਨਹੀਂ ਫਿਰ ਬਹਾਨੇ ਬਣਨਗੇ, ਫਿਰ ਇਨਸਾਨ ਫੁਰਨੇ ਬਣਾਏਗਾ। ਕੱਲ ਚਲੇ ਜਾਵਾਂਗੇ, ਅੱਜ ਸਰੀਰ ਡਾਊਨ ਹੈ, ਤੇ ਮਾਫ ਕਰਿਆ ਜੇ ਮੈਂ ਇੱਕ ਮਿੰਟ ਦੇ ਅੰਦਰ ਸਮਾਪਤੀ ਕਰ ਦੇਣੀ ਹੈ। ਆਪਾਂ ਜਿੰਨੇ ਬੈਠੇ ਨਾ ਮੇਰੇ ਸਮੇਤ, ਆਪਾਂ ਆਪਣੇ ਦੁੱਖ ਕੱਟ ਰਹੇ ਹਾਂ। ਮੈਂ ਕੱਲ ਸਤਿਕਾਰਯੋਗ ਮੇਰੇ ਅੱਗੇ ਵੀਰ ਗੋਗਾ ਜੀ ਬੈਠੇ ਨੇ, ਤੇ ਕੱਲ ਮੈਂ ਟੀਵੀ ਦੇ ਉੱਤੇ ਭਾਈ ਅਮਨਦੀਪ ਸਿੰਘ ਜੀ ਲੱਗੇ ਤੇ ਉਹ ਕਥਾ ਕਰਨ ਦੇ, ਤੇ ਮੈਂ ਪੱਗ ਦਾ ਲੜ ਚੁੱਕਣ ਦਿਆਂ ਤੇ ਚੁੱਕਦੇ ਗੱਲ ਤੇ ਫੜ ਹੀ ਲੈਂਦੀ ਆ। ਉਹ ਆਂਦੇ ਵੀ ਇੱਕ ਮੁਸਲਮਾਨ ਯੂਟਿਊਬ ਤੇ ਕਥਾ ਕਰਨ ਰਿਹਾ ਸੀ ਤੇ ਉਹ ਆਂਦਾ ਮੈਂ ਰੋਜ਼ ਅੱਲਾ ਅੱਲਾ ਆਖਦਾ। ਹੁਣ ਆਪਾਂ ਵੀ ਕਈ ਵਾਰੀ ਆਖ ਦਿੰਦੇ ਨਾ ਵੀ ਇੰਨਾ ਚਿਰ ਹੋ ਗਿਆ ਸਮਾਗਮਾਂ ਤੇ ਜਾਂਦੇ ਆ, ਘਰ ਦੇ ਹਾਲਾਤ ਦੇ ਉੱਤਰ ਹੀ ਆ, ਸੰਸਾਰਕ ਜੀਵ ਬੈਠੇ ਆ, ਆਪਾਂ ਵੀ ਇਹ ਗੱਲ ਆਖ ਦਿੰਦੇ ਹਾਂ ਵੀ ਕਈ ਵਾਰੀ ਪਤੀ ਪਤਨੀ ਨੂੰ ਆਖ ਦਿੰਦੀ ਹੈ ਤੇ ਕਈ ਵਾਰੀ ਪਤੀ ਪਤਨੀ ਨੂੰ ਆਖ ਦਿੰਦਾ, ਬੱਚੇ ਆਖ ਦਿੰਦੇ ਆ। ਉਹ ਆਖਣ ਲੱਗਾ ਵੀ ਮੁਸਲਮਾਨ ਆਂਦਾ ਵੀ ਇੰਨਾ ਚਿਰ ਹੋ ਗਿਆ ਅੱਲਾ ਅੱਲਾ ਕਰਦੇ ਆ, ਯਾਰ ਅੱਲਾ ਸੁਣਦਾ ਤੇ ਹੈ ਨੀ। ਫਕਰ ਫਕੀਰ ਕੋ ਗਿਆ, ਕਿਸੇ ਰੱਬ ਨੂੰ ਮੰਨਣ ਵਾਲੇ ਕੋ ਗਿਆ, ਤੋੜਨ ਵਾਲੇ ਸੰਸਾਰ ਤੇ ਬੜੇ ਹੁੰਦੇ ਆ, ਜੋੜਨ ਵਾਲਾ ਕੋ ਵਰਲਾ ਹੁੰਦਾ। ਤੋੜਨ ਵਾਲੇ ਨੇ ਤੇ ਮਿੰਟ ਲਾਉਣਾ, ਤੋੜ ਕੇ ਪਰੇ ਕਰ ਦੇਣਾ। ਤੇ ਉਹ ਆਖਣ ਲੱਗਾ ਵੀ ਦਸ ਜਵਾਨਾਂ, ਉਹ ਆਖਣ ਲੱਗਾ ਜੀ ਇੰਨਾ ਚਿਰ ਹੋ ਗਿਆ ਅੱਲਾ ਅੱਲਾ ਆਖਦੇ, ਮੈਨੂੰ ਯਕੀਨ ਜਾਣੀ ਹੁੰਦਾ ਵੀ ਅੱਲਾ ਸੁਣਦਾ ਵੀ ਆ ਗੱਲ। ਉਹ ਆਖਣ ਲੱਗਾ ਅੱਖਾਂ ਬੰਦ ਕਰ, ਰੱਬ ਦੀ ਇਬਾਦਤ ਵਾਲਾ ਸੀ, ਕੁਝ ਚਾਨਣਾ ਕਰਾਉਣ ਵਾਸਤੇ ਉਹਨੇ ਅੱਲਾ ਤਾਲਾ ਖੁਦਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ, ਆਖਿਆ ਅੱਲਾ ਜੇ ਤੇਰੇ ਨਾਲੋਂ ਟੁੱਟ ਗਿਆ ਅੱਜ ਤੂੰ ਰੱਖ, ਇਹਦੀ ਜਿਹੜੀ ਡੋਲ ਦੀ ਬੇੜੀ ਆ ਇਹਨੂੰ ਤੂੰ ਰੱਖਣਾ। ਤੇ ਆਖਣ ਲੱਗਾ ਵੀ ਅੰਦਰ ਚਾਨਣ ਹੋਇਆ ਵੀ ਜੇ ਉਹ ਸੁਣਦਾ ਨਾ, ਜੇ ਉਹ ਬੰਦੇ ਆ ਤੂੰ ਆਖਦਾ ਨਾ ਅੱਲਾ ਅੱਲਾ ਆਖਦਾ, ਉਹ ਸੁਣਦਾ ਨਹੀਂ। ਤੇ ਕਈ ਵਾਰੀ ਅਸੀਂ ਵੀ ਆਖ ਦਿੰਦੇ ਵਾਹਿਗੁਰੂ ਵਾਹਿਗੁਰੂ ਜਪਦੇ, ਪਤਾ ਨੀ ਸੁਣਦਾ ਕਿ ਨਹੀਂ ਸੁਣਦਾ, ਸ਼ੰਕਿਆਂ ਨਾਲ ਭਰੇ ਆ ਨਾ। ਆਖਣ ਲੱਗਾ ਜੇ ਉਹ ਸੁਣਦਾ ਹੈ ਨਾ ਤਾਂ ਹੀ ਦੁਬਾਰਾ ਅੱਲਾ ਅੱਲਾ ਕਹਿ ਰਿਹਾ, ਜੇ ਨਾ ਸੁਣਦਾ ਫਿਰ ਤੈਨੂੰ ਸਵਾਸ ਹੀ ਨਹੀਂ ਸੀ। ਜੇ ਪਰਮਾਤਮਾ ਨੂੰ ਭਾਉਂਦਾ ਹੈ ਨਾ ਤਾਂ ਹੀ ਇੱਥੇ ਬੈਠੇ ਆ। ਇੱਕ ਮਿੰਟ ਲੈ ਕੇ ਮੈਂ ਸਮਾਪਤੀ ਕਰ ਦੇਣੀ। ਕਈ ਵਾਰ ਸਾਨੂੰ ਲੋਕ ਇਹ ਗੱਲ ਆਖ ਦਿੰਦੇ ਆ
ਇੱਕ ਕਿਸੇ ਰੱਬ ਦੇ ਪਿਆਰੇ ਨੇ ਦੂਸਰੇ ਨੂੰ ਆਖੇ ਆਖਣ ਲੱਗਾ, ਆ ਤੈਨੂੰ ਗੁਰੂ ਦੀ ਸੰਗਤ ਵਾਲੇ ਬੰਨੇ ਲੈ ਕੇ ਜਾਵਾਂ। ਦੂਸਰਾ ਟੁੱਟਾ ਸੀ, ਕਹਿੰਦਾ ਦਿਮਾਗ ਸਹੀ ਆ ਤੇਰਾ, ਟਿਕਾਣੇ ਤੇ ਉੱਥੇ ਜਾ ਕੇ ਕੀ ਮਿਲਣਾ, ਪ੍ਰਸ਼ਾਦਾ ਛਕ ਕੇ ਘਰ ਆ ਜਾਵਾਂਗੇ। ਰੱਬ ਦੀ ਸੰਗਤ ਵੀ ਕਰਨ ਵਾਲੀ ਚੀਜ਼ ਆ, ਕਈ ਵਾਰੀ ਆਖ ਦਿੰਦਾ ਨਾ ਬੁਢੇਪੇ ਚ ਕਰ ਲਾਂਗੇ ਵੀ ਅਜੇ ਜਵਾਨੀ ਹੈ, ਕਈ ਵਾਰੀ ਜਵਾਨ ਨੂੰ ਵੀ ਆਖ ਦੋ ਵੀ ਗੁਰੂ ਦੀ ਸੰਗਤ ਕਰਿਆ ਕਰੋ, ਭਾਂਡੇ ਧੋਇਆ ਕਰੋ, ਅੰਮ੍ਰਿਤ ਛਕੋ, ਆਖਣਗੇ ਕੋਈ ਗੱਲ ਨੀ ਬਾਬਾ ਜੀ ਤੁਸੀਂ ਛਕ ਲਿਆ ਬੜਾ, ਵੀ ਅਜੇ ਜਵਾਨੀ ਪਈ ਆ, ਬੁਢੇਪਾ ਪਿਆ, ਕੋਈ ਗੱਲ ਨੀ ਛਕ ਲਾਂਗੇ, ਕੀ ਗਰੰਟੀ ਆ ਬੁਢੇਪਾ ਆਵੇਗਾ ਕਿ ਨਹੀਂ। ਜ਼ਿੰਦਗੀ ਦੇ ਵਿੱਚ ਜਦੋਂ ਜਵਾਨੀ ਜਾਂਦੀ ਹੈ ਨਾ ਇਨਸਾਨ ਦੀ, ਉਹ ਬੁਢੇਪਾ ਦੇ ਜਾਂਦੀ ਹੈ, ਜਾਂਦੀ ਵਰੀ ਜਦੋਂ ਬੁਢੇਪਾ ਹੈ ਨਾ ਉਹ ਸਭ ਕੁਝ ਖੋ ਕੇ ਲੈ ਜਾਂਦਾ, ਦੇ ਕੇ ਕੱਖ ਨਹੀਂ ਜਾਂਦਾ। ਇਹ ਨਾ ਵੇਖਿਆ ਕਰੋ ਵੀ ਜਿਹੜਾ ਕੰਮ ਜਵਾਨੀ ਚ ਕਰਨਾ ਹੈ ਬੁਢੇਪੇ ਚ ਕਰਨਾ ਹੈ, ਆਸਾਂ ਲਾ ਲਾ ਬੈਠਾ, ਉਹ ਆਖਣ ਲੱਗਾ ਆ ਰੱਬ ਦੀ ਸੰਗਤ ਕਰਾਵਾਂ, ਕਹਿੰਦਾ ਦਿਮਾਗ ਖਰਾਬ ਹੈ ਤੇਰਾ, ਹੁੰਦੇ ਨਾ ਕਈ ਇਹੋ ਜਿਹੇ, ਉੱਥੇ ਜਾ ਕੇ ਕੀ ਮਿਲੇਗਾ। ਉਹ ਆਖਣ ਲੱਗਾ ਨਹੀਂ, ਰੱਬ ਦੀ ਸੰਗਤ ਕੀਤਿਆਂ ਤੇਰੇ ਮਾੜੇ ਕਰਮ ਧੁੱਪ ਜਾਣਗੇ। ਉਹ ਆਖਣ ਲੱਗਾ ਨਾ ਭਾਈ, ਜਵਾਨੀ ਦੇ ਚਾਰ ਜਿੰਦ ਨੇ, ਖਾ ਲੈਂਦੇ ਪੀ ਲੈਂਦੇ ਹੰਢਾ ਲੈਂਦੇ, ਬੜਾ ਸਮਾਂ ਪਿਆ ਹੈ। ਉਹ ਆਖਣ ਲੱਗਾ ਤੂੰ ਮੈਨੂੰ ਰੋਜ਼ ਕਹਿੰਦਾ ਆ ਸੰਗਤ ਕਰਾ ਕੇ ਲਿਆਵਾਂ, ਤੈਨੂੰ ਇੰਨਾ ਚਿਰ ਕਰਦੇ ਨੂੰ ਹੋ ਗਿਆ ਕੀ ਮਿਲਿਆ। ਉਹ ਆਖਣ ਲੱਗਾ ਹੁਣ ਮੂਰਖਾਂ ਦੇ ਸਿੰਘ ਨਹੀਂ ਨਾ ਹੁੰਦੇ, ਗੁਰੂ ਦੀ ਗੁਰਬਾਣੀ ਵੀ ਆਖਦੀ ਮੂਰਖ ਹੈ ਨਾਲ ਨਾ ਲੁਚੀ ਹੈ, ਜਿਹੜਾ ਇਤਨਾ ਕਰਦਾ ਹੱਥ ਜੋੜ ਦੋ ਕੋਈ ਭਾਈ ਨਹੀਂ ਵੱਡਾ। ਉਹ ਆਖਣ ਲੱਗਾ ਕੀ ਮਿਲਿਆ, ਉਹ ਆਖਣ ਲੱਗਾ ਇਹ ਤੇ ਨਹੀਂ ਮੈਨੂੰ ਪਤਾ ਕੀ ਮਿਲਿਆ ਤੇ ਕੀ ਖੋਇਆ, ਪਰ ਇਹ ਮੇਰਾ ਗੁਰੂ ਸਮਰੱਥ ਹੈ, ਮੈਂ ਉਹਦੇ ਅੱਗੇ ਅਰਦਾਸ ਬੇਨਤੀ ਜੋਦੜੀ ਜ਼ਰੂਰ ਕਰ ਸਕਦਾ, ਉਹ ਜਾਣੀ ਜਾਣ। ਕਹਿੰਦਾ ਠੀਕ ਹੈ, ਕਹਿੰਦਾ ਸ਼ਰਤ ਲਾ ਲਈਏ, ਕੱਲ ਤੋਂ ਇੱਥੋਂ ਤੁਰਾਂਗੇ ਤੇ ਇੱਥੇ ਹੀ ਆ ਕੇ ਮਿਲਾਂਗੇ, ਤੂੰ ਵੀ ਦੱਸ ਦੀ ਕੀ ਪਾਇਆ, ਮੈਂ ਵੀ ਦੱਸ ਦੂੰ ਕੀ ਪਾਇਆ, ਤੂੰ ਵੀ ਦੱਸ ਦੀ ਮੈਨੂੰ ਵੀ ਅੱਜ ਕੀ ਤੇਰਾ ਮਾਈਨਸ ਤੇ ਕੀ ਪਲੱਸ ਹੋਇਆ, ਮੈਂ ਵੀ ਤੇਰੇ ਅੱਗੇ ਖਾਤਾ ਖੋਲਦਾ। ਠੀਕ ਹੈ, ਹੁਣ ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਉਹਨੇ ਹੱਥ ਜੋੜੇ ਤੇ ਆਖਿਆ ਵੀ ਬਾਬਾ ਮੇਰੀ ਤੇ ਔਕਾਤ ਕੋਈ ਨਹੀਂ ਆ, ਤੂੰ ਸਮਰੱਥ ਹੈ ਕਿਰਪਾ ਕਰੀ, ਨਾਮ ਇਹਦੇ ਨਾਲ ਬਹਿਸ ਸਕਦਾ, ਤੁਰ ਪਏ। ਜਿਹੜਾ ਰੱਬ ਨੂੰ ਮੰਨਣ ਵਾਲਾ ਸੀ, ਵੈਸੇ ਸਾਖੀ ਤੁਸੀਂ ਅੱਗੇ ਸੁਣੀ ਹੋਈ, ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਜਦੋਂ ਉਹ ਵੀ ਤੁਰਿਆ ਆਇਆ ਜਿਹੜੀ ਜਗ੍ਹਾ ਦਾ ਉਹਨਾਂ ਨੇ ਦੱਸਿਆ ਸੀ ਮਿਲਣ ਵਾਸਤੇ, ਦੂਸਰਾ ਵੀ ਤੁਰਿਆ ਆਇਆ, ਜਿਹੜਾ ਦੂਸਰਾ ਸੀ ਉਹ ਨੱਚਦਾ ਤੇ ਟੱਪਦਾ ਤੁਰਿਆ ਆਵੇ, ਤੇ ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਉਹ ਵਿਚਾਰਾ ਲੰਘਾ ਕੇ ਤੁਰਿਆ ਆਵੇ। ਉਹ ਆਖਣ ਲੱਗਾ ਕਿਉਂ, ਮੈਂ ਤੈਨੂੰ ਆਖਦਾ ਹੈ ਮੈਂ ਨਸ਼ੇ ਵੀ ਕਰਦਾ ਹੈ, ਮੈਂ ਮਾੜਾ ਕਰਮ ਵੀ ਕਰਦਾ ਹੈ, ਮੈਂ ਤੈਨੂੰ ਆਖਿਆ ਸੀ ਰੱਬ ਦੇ ਘਰ ਜਾਇਆ ਕੁਝ ਨਹੀਂ ਮਿਲਣਾ, ਤੇ ਤੂੰ ਰੱਬ ਦੇ ਘਰ ਜਾਣਾ ਰੋਜ਼ ਜਾਣਾ ਹੈ, ਅੱਜ ਸ਼ਰਤ ਲਾ ਕੇ ਗਿਆ ਤੇ ਲੰਘਾ ਕੇ ਤੁਰਿਆ ਉਹਨਾਂ। ਆਖਣ ਲੱਗਾ ਹਾਂ ਇਹ ਤੇ ਸੱਚ, ਪੈਰ ਜੈਸਾ ਗੰਭੀਰ ਕੰਟਾ ਵੱਜ ਗਿਆ, ਉਹਨੇ ਪੈਰ ਨੂੰ ਫੱਟੜ ਕਰਕੇ ਰੱਖਦਾ, ਕਹਿੰਦਾ ਤਾਂ ਹੀ ਉਹਦੇ ਤੈਨੂੰ ਆਖਦਾ ਸਾਂ, ਬੰਦੇ ਦੇ ਵੱਸ ਆ, ਰੱਬ ਦੇ ਵੱਸ ਥੋੜੀ ਹੈ। ਉਹ ਆਖਣ ਲੱਗਾ ਵੀ ਭਾਈ ਇੱਦਾਂ ਜਜਮਾਨਾ ਵੀ ਜਿਹਦੇ ਮੈਂ ਲੜ ਲੱਗਾ ਉਹਦੇ ਹੀ ਗੁਣ ਗਾਉਣ ਵਾਲੇ ਕਿਸੇ ਸੰਤ ਮਹਾਂਪੁਰਖ ਤੋਂ ਪੁੱਛ ਲੈਂਦੇ ਆ, ਮੇਰੀ ਤੇ ਔਕਾਤ ਨਹੀਂ। ਕਹਿੰਦਾ ਚੱਲ ਜਿਹੜੀ ਰਹਿੰਦੀ ਕਸਰ ਉਹ ਵੀ ਕੱਢ ਲੈਂਦੇ, ਹੁਣ ਉਹ ਜਿਹੜੇ ਮੂਰਖ ਹੁੰਦੇ ਉਹ ਪੈਰਾਂ ਦੇ ਪਾਣੀ ਥੋੜੀ ਪੈ ਦਿੰਦੇ। ਕਹਿੰਦਾ ਚੱਲ ਗਏ, ਜਾ ਕੇ ਆਖਿਆ ਵੀ ਮੈਂ ਪੁੱਛੂ ਇਤਰਾਂ ਸਾਡੀ ਗੁਜ਼ਾਰਿਸ਼ ਹੈ, ਇਹ ਕੁਝ ਆਖਦਾ ਮੈਂ ਕੁਝ ਆਖਦਾ। ਉਹ ਆਖਣ ਲੱਗੇ ਏਦਾਂ ਨਹੀਂ ਭਾਈ, ਬੰਦਗੀ ਵਾਲਿਆਂ ਦੇ ਉੱਤੇ ਬੜੀ ਸਤਿਗੁਰ ਦੀ ਕਿਰਪਾ ਹੁੰਦੀ ਹੈ, ਸ਼ਬਦ ਦੀ ਹੀ ਕਿਰਪਾ ਹੁੰਦੀ ਹੈ, ਜਿਹੜਾ ਜਪਦਾ ਉਹਦੀ ਰਸਨਾ ਤੇ ਵੀ ਰੱਬ ਬਹਿ ਜਾਂਦਾ, ਸ਼ਬਦ ਤੋਂ ਵੱਡੀ ਦੂਜੀ ਕਿਰਪਾ ਕੋਈ ਨਹੀਂ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਦੱਦਾ ਦਾਤਾ ਇੱਕ ਹੈ, ਦੂਜਾ ਨਹੀਂ ਹੈ ਕੋਈ, ਪਰ ਇਹਨੂੰ ਜਪੋਗੇ ਇੰਨੀ ਬਰਕਤ ਪੈ ਜਾਵੇਗੀ
ਜਿਹੜੇ ਪਹਿਲੇ ਪਾਤਸ਼ਾਹ ਤੋਂ ਦੂਜੀ ਦੀ ਗੱਦੀ ਦੇ ਦਿੰਦੇ, ਦੂਜੀ ਤੋਂ ਤੀਜੀ ਦੀ ਗੱਦੀ ਦੇ ਦਿੰਦੇ। ਅਰਦਾਸ ਕਰਕੇ ਅੱਲਾ ਤਾਲਾ ਪੀਰ ਪੈਗੰਬਰ ਖੁਦਾ ਦੇ ਅੱਗੇ ਆਖਣ ਲੱਗਾ, ਮਹਾਰਾਜ ਤੁਹਾਡੇ ਅੱਗੇ ਜੁਦੜੀ ਹੈ, ਫੈਸਲਾ ਕਰੋ। ਆਖਣ ਲੱਗੇ ਕਿਉਂ ਖੁਸ਼ ਆ ਭਾਈ? ਆਖਣ ਲੱਗਾ ਇਸ ਕਰਕੇ ਖੁਸ਼ ਹਾਂ, ਮੈਂ ਕਿਸੇ ਰੱਬ ਦੀ ਸੰਗਤ ਨਹੀਂ ਕੀਤੀ, ਕਿਸੇ ਸਾਧੂ ਕਿਸੇ ਮਹਾਂਪੁਰਖ ਕਿਸੇ ਬੰਦਗੀ ਵਾਲੇ ਦੀ ਇਬਾਦਤ ਨਹੀਂ ਕੀਤੀ, ਤੇ ਇਹ ਮੈਨੂੰ ਰੋਜ਼ ਆ ਕੇ ਕੰਪੈਲ ਕਰਦਾ ਹੈ, ਮੈਨੂੰ ਜ਼ੋਰ ਲਾਉਂਦਾ ਹੈ। ਅੱਜ ਅਸੀਂ ਇੱਕ ਵਾਅਦਾ ਕੀਤਾ ਸੀ ਵੀ ਇਸ ਜਗ੍ਹਾ ਤੋਂ ਤੁਰਾਂਗੇ ਤੇ ਦੋਨੋਂ ਆ ਕੇ ਇੱਥੇ ਆ ਕੇ ਡਿਫਰੈਂਸ ਕੰਪੈਰੀਜ਼ਨ ਕਰਕੇ ਵੇਖਾਂਗੇ, ਤੇ ਇਹਦੀ ਲੱਤ ਲੰਘਾ ਕੇ ਪੈਰ ਦੇ ਅੰਦਰ ਸੂਲ ਫੋਕੀ ਆ ਜਿਹੜੀ ਇਹਨੂੰ ਟਕਾ ਦੇ ਨਾਲ ਤੁਰਨ ਵੀ ਨਹੀਂ ਦੇ ਰਹੀ, ਤੇ ਮੈਂ ਜਿਹੜਾ ਇਹਨੂੰ ਆਖਦਾ ਸਾ ਰੱਬ ਦੀ ਸੰਗਤ ਨਾ ਕਰਿਆ ਕਰ, ਇੱਥੋਂ ਕੁਝ ਨਹੀਂ ਮਿਲਦਾ, ਮੈਨੂੰ ਸੋਨੇ ਦੀ ਮੋਹਰਾਂ ਲੱਗੀਆਂ। ਆਖਣ ਲੱਗੇ ਅੱਖਾਂ ਬੰਦ ਕਰ, ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਆਖਣ ਲੱਗੇ ਕੁਝ ਦਿਖਿਆ? ਆਖਣ ਲੱਗਾ ਦਿਖਾ ਤਾਂ ਕੁਝ ਨਹੀਂ, ਪਰ ਇਹ ਆ ਕੁਝ ਬਚਨਾਂ ਦੀ ਹੇਰ ਫੇਰ ਆ ਜਿਹੜੀ ਤੁਸੀਂ ਪੂਰੇ ਕਰ ਦੋ। ਆਖਣ ਲੱਗੇ ਜੇ ਜ਼ਮਾਨਾ ਚੱਲ ਇੰਜੇ ਕੁਝ ਮੋਹਰਾਂ ਦੀ ਪੋਟਲੀ ਲਈ ਫਿਰਦਾ ਹੈ, ਅੱਜ ਦੇ ਦਿਨ ਤੇ ਤੈਨੂੰ ਖਜ਼ਾਨੇ ਮਿਲਣੇ ਸੀ, ਅੱਜ ਦੇ ਦਿਨ ਤੇ ਪਰਮਾਤਮਾ ਨੇ ਤੈਨੂੰ ਰਾਜ ਭਾਗ ਦੇਣੇ ਸੀ, ਇਹ ਮੋਹਰਾਂ ਤੇਰੇ ਪੈਰਾਂ ਦੇ ਵਿੱਚ ਵੱਡੇ ਵੱਡੇ ਵਜ਼ੀਰ ਫੰਨੇ ਖਾ ਤੇਰੇ ਪੈਰਾਂ 'ਚ ਹੋਣੇ ਸੀ, ਪਰ ਤੂੰ ਸਾਰੇ ਕੁਕਰਮ ਕਰਕੇ ਮਾੜਾ ਬੋਲ ਕੇ ਸੰਤਾਂ ਨੂੰ ਗੁਰੂ ਦੀ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਰੱਬ ਦੀ ਸੰਗਤ ਕਰਨ ਵਾਲਿਆਂ ਨੂੰ ਤੋੜ ਕੇ ਆਪਣੇ ਸਾਰੇ ਕਰਮਾਂ ਨੂੰ ਸਵਾਹ ਕਰ ਦਿੱਤਾ। ਆਖਣ ਲੱਗੇ ਦੂਸਰਾ, ਆਖਣ ਲੱਗੇ ਅੱਜ ਦੇ ਦਿਨ ਤੈਨੂੰ ਐਸੇ ਕੇਸ ਕਰਕੇ ਸੂਲੀ ਤੇ ਲੰਘਣਾ ਪੈਣਾ ਸੀ, ਪਰ ਤੂੰ ਗੁਰੂ ਦੀ ਸੰਗਤ ਨਹੀਂ ਛੱਡੀ, ਗੁਰੂ ਦੇ ਚਰਨਾਂ 'ਚ ਜਾਣਾ ਨਹੀਂ ਛੱਡਿਆ, ਤੇਰਾ ਸਾਰਾ ਜਿਹੜਾ ਮੰਦਾ ਕਰਮ ਸੀ ਉਹ ਕੱਟ ਕੇ ਪਰਮਾਤਮਾ ਨੇ ਜਿਹੜੀ ਸੂਲੀ ਸੀ ਉਹਦੇ ਤੋਂ ਕੇਵਲ ਇੱਕ ਪੈਰ ਦੀ ਸੂਲ ਰਹਿਣ ਦਿੱਤੀ। ਤੇ ਜਿਹੜਾ ਮੂਰਖ ਹੁੰਦਾ ਨਾ, ਮੈਂ ਫਿਰ ਬੇਨਤੀ ਕਰਾਂ, ਪੈਰਾਂ 'ਤੇ ਪਾਣੀ ਨਹੀਂ ਵੀ ਪੈਰ ਦਿੰਦਾ। ਉਹ ਆਖਣ ਲੱਗਾ ਜੇ ਮੇਰੇ ਸਾਰੇ ਕਰਮ ਹੀ ਮਿੱਟੀ ਹੋ ਗਏ ਤੇ ਜਿਹੜੀਆਂ ਆਹ ਮੋਹਰਾਂ ਇਹ ਕਿਵੇਂ ਲੱਭਦੀਆਂ ਮੈਨੂੰ, ਵੀ ਸਾਦਾ ਤੂੰ ਹੀ ਝੂਠ ਬੋਲਦਾ। ਆਖਣ ਲੱਗਾ ਜਜਮਾਨਾ ਮਿਲਣਾ ਤੈਨੂੰ ਕਰਮਾਂ ਕਰਕੇ ਹੀ ਆ। ਅਸੀਂ ਕਈ ਵਾਰੀ ਆਖ ਦਿੰਦੇ ਹਾਂ ਨਾ ਕਿ ਫਲਾਣਾ ਬੰਦਾ ਗੁਰੂ ਦੇ ਚਰਨਾਂ 'ਚ ਨਹੀਂ ਜਾਂਦਾ ਤੇ ਉਹ ਵੀ ਸੋਹਣੀ ਕੋਠੀ ਪਾਈ ਫਿਰਦਾ, ਗੁਰੂ ਦੀ ਗੁਰਬਾਣੀ ਆਖਦੀ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਭ ਬਖਸ਼ਿੰਦ, ਉਹ ਤੇ ਜਾਨ ਕੋ ਦੇ ਅਜਾਨ ਕੋ ਦੇ, ਇੱਕ ਆਖਦਾ ਰੱਬ ਹੈ ਉਹਨੂੰ ਵੀ ਦੇ ਰਿਹਾ, ਇੱਕ ਆਖਦਾ ਰੱਬ ਨਹੀਂ ਹੈ ਉਹਨੂੰ ਵੀ ਦੇ ਰਿਹਾ। ਨਿਰਭਉ ਨਿਰਵੈਰ ਕਿਉਂ ਹੈ? ਉਹਦੇ ਕਾਰਨ। ਆਖਣ ਲੱਗਾ ਇਹ ਕਿਉਂ ਮਿਲਿਆ? ਆਖਣ ਲੱਗੇ ਤੂੰ ਇਹਦਾ ਸੰਗ ਕਰਦਾ ਪਿਆ ਸੀ, ਆਪਣੇ ਕਰਮ ਤੂੰ ਸਵਾਹ ਕਰ ਬੈਠਾ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਤੂੰ ਇਸ ਸਤਿਗੁਰ ਦੀ ਇਬਾਦਤ ਕਰਨ ਵਾਲੇ ਦਾ ਸੰਗ ਕਰਦਾ ਪਿਆ ਸਾਂ। ਏਡਾ ਵੱਡਾ ਸੰਗ ਜੇ ਗੁਰੂ ਦੇ ਸ਼ਬਦ ਦੀ ਆਰਾਧਨਾ ਕਰਨ ਵਾਲੇ ਦਾ, ਸਤਿਗੁਰ ਕਿਰਪਾ ਕਰੇ, ਰਹਿਮਤ ਕਰੇ, ਜ਼ਿੰਦਗੀ ਦੇ ਵਿੱਚ ਜਿਤਨੇ ਕੁ ਸਵਾਸ ਰਹਿੰਦੇ ਨੇ ਕੋਸ਼ਿਸ਼ ਕਰਿਆ ਕਰੋ, ਜਿਤਨਾ ਵੀ ਸਮਾਂ ਹੋ ਸਕੇ, ਸਮਾਂ ਕਦੀ ਬੰਨੋ ਨਾ, ਜਦੋਂ ਟਾਈਮ ਨੂੰ ਬੰਨੋਗੇ ਉਦੋਂ ਥਿਰਕ ਜਾਓਗੇ, ਕਿਉਂਕਿ ਇਹ ਸੰਸਾਰ ਹੈ, ਅਸੀਂ ਗ੍ਰਸਥ ਜੀਵਨ ਦੇ ਵਿੱਚ ਰਹਿੰਦੇ, ਜਦੋਂ ਸਮਾਂ ਮਿਲੇ ਉਦੋਂ ਹੀ ਗੁਰੂ ਦੀ ਆਰਾਧਨਾ ਕਰੋ। ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ, ਗੁਰੂ ਦੀ ਗੁਰਬਾਣੀ ਦਾ ਸਤਿਕਾਰ ਵੀਰ ਜੀ ਹੋਣਾ ਵੱਲੋਂ ਹੁਕਮ ਹੋਇਆ ਸੀ, ਹਾਜ਼ਰੀ ਦਾ ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ, ਸਾਰੇ ਵੀਰ ਸਤਿਕਾਰ ਜੋ ਸਟੇਜ ਤੇ ਬੈਠੇ ਨੇ, ਮੈਂ ਨਾਮ ਲੈਣ ਵਾਲੇ ਪਾਸੇ ਨਾ ਜਾਵਾਂ, ਸੰਗਤ ਦੇ ਵਿੱਚ
ਜਦੋਂ ਸੰਗਤ ਦੇ ਵਿੱਚ ਕੋਈ ਕਿਸੇ ਦਾ ਨਾਮ ਲਵੇ ਨਾ, ਮੈਂ ਸਮਝਦਾ ਵੀ ਉਹ ਗੱਲ ਗਲਤ ਹੋ ਜਾਂਦੀ, ਕਿਉਂਕਿ ਸੰਗਤ ਰੱਬ ਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਜਦੋਂ ਐਡੀ ਗੱਲ ਆ ਗਈ, ਬਹੁਤ ਹੀ ਸਤਿਕਾਰਯੋਗ ਸੰਗਤਾਂ ਦੇ ਵਿੱਚ ਵੀ ਰੱਬ ਵਾਲੀਆਂ ਰੂਹਾਂ ਬੈਠੀਆਂ, ਮਹਾਰਾਜ ਕਿਰਪਾ ਕਰੀ, ਰਹਿਮਤ ਕਰੇ, ਬਹੁਤ ਬਹੁਤ ਧੰਨਵਾਦ ਪੂਰੇ ਪ੍ਰਬੰਧਕ ਵੀਰਾਂ ਦਾ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਗੋਦ ਦੇ ਅੰਦਰ ਛਤਰ ਛਾਇਆ ਦੇ ਹੇਠ ਆਪ ਸੇਵਾ ਲਈ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ। ਸੋ ਇਹ ਸਨ ਭਾਈ ਅੰਮ੍ਰਿਤਪਾਲ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਰਸਾ ਵਾਲੇ। ਆਓ ਹੁਣ 10 ਮਿੰਟ ਦੀ ਹਾਜ਼ਰੀ ਭਾਈ ਤਰਨਵੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਉਹ ਭਰਨਗੇ, ਉਪਰੰਤ ਕਾਫੀ ਜਥੇ ਨੇ ਆਪਾਂ ਸਾਰਿਆਂ ਨੇ ਸਮੇਂ ਦੇ ਵਿੱਚ ਰਹਿ ਕੇ, ਕਿਉਂਕਿ ਮਹਾਂਪੁਰਖਾਂ ਦਾ ਜੋ ਇਹ ਸਮਾਗਮ ਚੱਲ ਰਿਹਾ ਹੈ, ਉਹਨਾਂ ਦੀ ਇਹ ਬੇਨਤੀ ਸਾਰੇ ਜਥਿਆਂ ਨੂੰ ਕਿ ਸਮੇਂ ਦੇ ਵਿੱਚ ਰਹਿ ਕੇ ਸਾਰੇ, ਕਿਉਂਕਿ ਬੇਅੰਤ ਜਥੇ ਆਏ ਨੇ, ਸਾਰਿਆਂ ਦੀ ਹਾਜ਼ਰੀ ਲੱਗ ਜਾਵੇ, ਪੰਜ ਪੰਜ ਦਸ ਦਸ ਮਿੰਟ ਕਰਕੇ ਆਪਾਂ ਮਹਾਂਪੁਰਖ ਦੇ ਆਉਣ ਤੱਕ ਸਾਰੇ ਹਾਜ਼ਰੀ ਲੱਗ ਜਾਣ ਸਾਰਿਆਂ ਦੀ। ਇਸ ਕਰਕੇ ਆਪਾਂ ਸਾਰਿਆਂ ਨੇ ਸਮੇਂ ਦੇ ਵਿੱਚ ਹੀ ਰਹਿਣਾ ਹੈ, ਕਿਸੇ ਨੇ ਵੱਧ ਟਾਈਮ ਨਹੀਂ ਲਾਉਣਾ। ਆਓ 10 ਮਿੰਟ ਦੀ ਹਾਜ਼ਰੀ ਭਾਈ ਤਰਨਵੀਰ ਸਿੰਘ ਜੀ ਅੰਮ੍ਰਿਤਸਰ ਵਾਲੇ ਉਹ ਭਰਨਗੇ, ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਸੋ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ, ਲੋਨ ਮੰਡੀ ਵਾਲੇ ਮਹਾਂਪੁਰਖ, ਉਹਨਾਂ ਦੇ ਸਾਰੇ ਹੀ ਜਥੇ ਦਾ, ਹੋਰ ਵੀ ਜਥੇ ਉਹਨਾਂ ਦੇ ਨਾਲ ਜਿਹੜੇ ਬੇਅੰਤ ਜਥੇ ਪਹੁੰਚੇ, ਸਾਰਿਆਂ ਨੇ ਹਾਜ਼ਰੀ ਭਰੀ ਜੀ ਆਇਆਂ ਨੂੰ ਮਹਾਂਪੁਰਖਾਂ ਵੱਲੋਂ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ। ਪ੍ਰਭ ਮੇਰੋ ਇੱਕ ਸਦਾ ਸਹਾਈ।
ਸਦਾ ਸਹਾਰਾ
ਸਿਰ ਨਕਲ ਹੋ ਜਾ ਕਵਨ ਕਹਾ
ਕਈ ਵਾਰੀ ਦੁੱਖ ਸੁੱਖ ਦਾ ਉਤਾਰ ਚੜਾ ਜੀਵਨ ਚ ਆ ਜਾਂਦਾ, ਜਿਵੇਂ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਆਪ ਜੀ ਨੂੰ ਬਹੁਤ ਵਿਸਥਾਰ ਚ ਸਮਝਾ ਰਹੇ ਸੀ। ਇਹਦੀ ਬੜੀ ਸੁੰਦਰ ਮਿਸਾਲ ਸਤਿਗੁਰੂ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਰਧਾ ਜੀ ਨੇ ਸਰਵ ਕੀਤਾ। ਖੇਲ ਖਿਡਾਏ ਲਾਡ ਲਡਾਏ ਸਦਾ ਸਦਾ ਅਨਗਾਈ ਪ੍ਰਤ ਪਾਲਿਆ ਬਾਲਕ ਕੀ ਨਿਆਈ ਜੈਸੇ ਮਾਤ ਪਿਤਾ। ਕਹਿੰਦੇ ਖੇਡਾਂ ਜ਼ਰੂਰ ਖੇਡਦੇ ਜਿਵੇਂ ਮਾਂ ਬਾਪ ਬੱਚੇ ਨਾਲ ਖੇਡਾਂ ਖੇਡ ਰਹੇ ਹੈ, ਪਰ ਇੱਕ ਗੱਲ ਤੁਸੀਂ ਨੋਟ ਕੀਤੀ ਕਿ ਅਗਲੀ ਗੱਲ ਦੇਖੋ, ਮਾਵਾਂ ਭੈਣਾਂ ਬੈਠੀਆਂ ਸਾਡੀਆਂ ਸਾਰੀਆਂ, ਅਸੀਂ ਸਾਰੇ ਗ੍ਰਸਤੀ ਬੈਠੇ। ਬੱਚਾ ਜਦੋਂ ਗੋਦ ਵਿੱਚ ਹੁੰਦਾ ਹੈ ਥੋੜ੍ਹਾ ਜਿਹਾ ਹੋਸ਼ ਸੰਭਾਲਦਾ। ਕਈ ਵਾਰੀ ਤੁਸੀਂ ਦੇਖਿਆ ਕਿ ਵੀ ਮਾਂ ਬਾਪ ਕਈ ਵਾਰੀ ਲਾਡ ਵਿੱਚ ਆ ਕੇ ਬੱਚੇ ਨੂੰ ਹਵਾ 'ਚ ਛਾਲ ਦਿੰਦੇ, ਹਵਾ 'ਚ ਛਾਲ ਦਿੰਦੇ ਬੱਚੇ ਦੇ। ਪਰ ਤੁਸੀਂ ਨੋਟ ਕੀਤਾ ਵੀ ਬੱਚਾ ਹਵਾ 'ਚ ਉੱਛਲ ਕੇ ਰੋਂਦਾ ਨਹੀਂ, ਖਿਲਖਿਲਾ ਕੇ ਹੱਸਦਾ। ਹਾਲੇ ਕਿ ਉਹਨੂੰ ਹਵਾ 'ਚ ਸੁੱਟ ਦਿੱਤਾ ਪਰ ਬੱਚਾ ਰੋਂਦਾ ਨਹੀਂ, ਹੱਸਦਾ। ਉਹਦੀ ਉਹ ਹੱਸਣ ਦੇ ਮਗਰ ਕਾਰਨ ਕੀ ਹੈ? ਕਿਉਂਕਿ ਉਸ ਬੱਚੇ ਨੂੰ ਭਰੋਸਾ ਹੈ ਕਿ ਜਿਹਨੇ ਮੈਨੂੰ ਹਵਾ 'ਚ ਉਛਾਲਿਆ ਉਹ ਮੇਰੀ ਮਾਂ ਹੈ ਜਾਂ ਮੇਰਾ ਬਾਪ ਹੈ, ਜਿਹਨੇ ਮੈਨੂੰ ਹਵਾ 'ਚ ਉਛਾਲਿਆ ਉਹ ਮੈਨੂੰ ਕਦੇ ਜ਼ਮੀਨ 'ਤੇ ਡਿੱਗਣ ਨਹੀਂ ਦੇਗਾ, ਜਿਹਨੇ ਮੈਨੂੰ ਉਛਾਲਿਆ ਉਹ ਮੈਨੂੰ ਸੰਭਾਲੇਗਾ। ਇਸ ਕਰਕੇ ਉਹ ਹੱਸਦਾ ਰੋਂਦਾ ਨਹੀਂ। ਇਸੇ ਤਰ੍ਹਾਂ ਉਹ ਮਾਲਕ ਸਾਡੇ ਨਾਲ ਕਈ ਵਾਰੀ ਖੇਡਾਂ ਖੇਡਦਾ ਹੈ, ਉਹਦਾ ਵੀ ਦਿਲ ਕਰਦਾ ਹੈ। ਜੇ ਅਸੀਂ ਕਹੀਏ ਤੂੰ ਮੇਰਾ ਪਿਤਾ, ਤੂੰ ਮੈਂ ਮੇਰਾ ਮਾਤਾ, ਤੂੰ ਮੇਰਾ ਬੰਦਾ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ ਕਾਬੋ ਕਿਹਾ ਕਾੜਾ ਜੀਵ, ਇਹ ਜੀਵਨ ਦੀ ਉਤਾਰ ਚੜਾਅ ਉਸਦੀਆਂ ਖੇਡਾਂ ਨੇ ਮਾਲਕ ਦੀ। ਅਤੇ ਜੇ ਸਾਡਾ ਵੀ ਭਰੋਸਾ ਉਸ ਹਵਾ 'ਚ ਉਸਦੇ ਬੱਚੇ ਵਾਂਗੂ ਹੋ ਜਾਏ, ਇੰਨਾ ਕੁ ਭਰੋਸਾ ਗੁਰੂ ਦੀ ਬਾਣੀ 'ਤੇ ਹੋ ਜਾਏ ਕਿ ਜੇ ਇਹ ਦੁੱਖ ਆਇਆ ਅਤੇ ਦੁੱਖ ਜਿਹਨੇ ਦਿੱਤਾ ਹੈ ਇਹ ਕੱਟੇ ਗਏ,
ਫਿਰ ਸਾਡੀ ਇਹ ਪੰਕਤੀਆਂ ਸੱਚ ਹੋ ਜਾਣਗੀਆਂ। ਕਿਉਂਕਿ ਤੁਸੀਂ ਰੋਜ਼ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਹੋ, ਅਰਦਾਸ ਕਰਨੀ ਆਪ ਦੀ ਵੀ ਤੇ ਮੇਰੀ ਵੀ ਤੇ ਸਾਡੀ ਕਿਤੇ ਇਹ ਅਵਸਥਾ ਬਣ ਜਾਵੇ। ਅਸੀਂ ਰੋਜ਼ ਪੜ੍ਹਦੇ ਹਾਂ, ਬੜੀ ਥਾਵਾਂ ਤੇ ਤੁਸੀਂ ਦੇਖਿਆ ਅਸੀਂ ਕਾਰ ਲੈਂਦੇ ਹਾਂ ਤੇ ਲਿਖਦੇ ਨੇ ਇਹ ਵੀ ਦਾਤੇ ਜੀ ਦਾ ਤਰ, ਬਿਲਡਿੰਗ ਬਣਾਉਂਦੇ ਹਾਂ ਲਿਖਦੇ ਨੇ ਇਹ ਵੀ ਦਾਤੇ ਜੀ ਦਾ ਤਰ। ਸ਼ੁਕਰ ਹੈ ਸਤਿਗੁਰ ਦਾ ਕਿ ਤੇਰੀਆਂ ਦਾਤਾਂ ਜੱਗੀਆਂ ਹੋਈਆਂ। ਪਰ ਇਹਦੀ ਪਹਿਲੀ ਪੰਕਤੀ ਪੜ੍ਹੀਏ ਤੇ ਫਿਰ ਇਸ ਪੰਕਤੀ ਦੇ ਵੀ ਅਰਥ ਬਦਲ ਜਾਂਦੇ ਨੇ। ਇਸ ਦੀ ਪਹਿਲੀ ਪੰਕਤੀ ਪੜ੍ਹੀਏ ਕਿ ਕੀਤਿਆਂ ਦੂਖ ਭੋਗ ਸਦ ਮਾਰ ਇਹ ਬੇਦਾਰ ਤੇਰੀ ਦਾ ਤਾਰ। ਕਿ ਪਾਤਸ਼ਾਹ ਜੇ ਅੱਜ ਮੈਂ ਕਿਤੇ ਦੁੱਖ ਚ ਵੀ ਘਿਰ ਗਿਆ ਇਹ ਵੀ ਤੇਰੀ ਉਦਾਰ ਹੈ। ਤੇ ਜੇ ਐਸੀ ਅਵਸਥਾ ਬਣ ਜਾਏ ਤੇ ਤਾਂ ਹੀ ਇਹ ਸਾਡੀ ਸਗਤ ਨੀਤੀ ਸਫਲੀ ਹੈ। ਸੋ ਜਿਤਨਾ ਕੁ ਸਮਾਂ ਸਟੇਜ ਤੋਂ ਹੁਕਮ ਹੋਇਆ ਸੀ ਉਤਨਾ ਕੁ ਸਮਾਂ ਸਤਿਗੁਰ ਨੇ ਸੇਵਾ ਲਿੱਤੀ ਹੈ। ਸਤਿਗੁਰ ਜੀ ਕਿਰਪਾ ਕਰਨ, ਜੋ ਪੰਕਤੀਆਂ ਅਸੀਂ ਪੜ੍ਹੀਆਂ ਨੇ ਕਿ ਖੇਲ ਖਿਲਾਏ ਲਾਡ ਵਡਾਵੇ ਪ੍ਰਤ ਪਾਲੇ ਬਾਲਕ ਕੀ ਨਿਆਈ ਜੈਸੇ ਮਾਤ ਪਿਤਾਈ, ਕਿ ਇਹ ਗੁਰੂ ਗ੍ਰੰਥ ਸਾਹਿਬ ਸਾਡੀ ਮਾਂ ਬਣ ਜਾਏ, ਗੁਰੂ ਗ੍ਰੰਥ ਸਾਹਿਬ ਸਾਡਾ ਬਾਪ ਬਣ ਜਾਏ, ਗੁਰੂ ਦੀ ਬਾਣੀ ਸਾਡੀ ਮਾਂ ਬਣ ਜਾਏ, ਗੁਰੂ ਦੀ ਬਾਣੀ ਸਾਡਾ ਬਾਪ ਬਣ ਜਾਏ, ਤਾਂ ਹੀ ਇਹ ਜੀਵਨ ਸੁਖੀਲਾ ਹੈ। ਇਹਦੀਆਂ ਕਾਰਜਾਂ ਪ੍ਰਵਾਨ ਕਰ ਲੈਣੀਆਂ ਅਸੀਂ ਇਸ ਬਖਸ਼ਣਾ ਜੀ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਸਨ ਭਾਈ ਧਰਵੀਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਆਓ ਹੁਣ ਕੇਵਲ ਸੱਤ ਅੱਠ ਮਿੰਟ ਦੀ ਹਾਜ਼ਰੀ ਭਾਈ ਦਰਸ਼ਪ੍ਰੀਤ ਸਿੰਘ ਜੀ ਉਹ ਭਰਨਗੇ। ਸਾਰੇ ਹੀ ਜਥਿਆਂ ਨੂੰ ਬੇਨਤੀ ਹੈ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਾਰੇ ਹਾਜ਼ਰੀਆਂ ਭਰੀਏ।